ਆਮ ਔਰਤਾਂ ਜਾਂ ਕੁੜੀਆਂ ਹੀ ਪੰਜਾਬ ਦੇ ਵਿੱਚ ਸੇਫ ਨਹੀਂ ਆ ਬਲਕਿ ਇੱਕ ਪੰਜਾਬ ਪੁਲਿਸ ਦੀ ਮਹਿਲਾ ਇਨਸਪੈਕਟਰ ਵੀ ਸੇਫ ਨਹੀਂ ਆ ਉਹ ਇੱਕ ਦਰਜੀ ਦੀ ਦੁਕਾਨ ਤੇ ਜਾਂਦੇ ਨੇ ਜਦੋਂ ਆਪਣਾ ਸੂਟ ਪਾ ਕੇ ਦੇਖਦੇ ਨੇ ਕਿ ਸੂਟ ਦੀ ਫਿਟਿੰਗ ਸਹੀ ਹੈ ਜਾਂ ਨਹੀਂ ਤੇ ਫਿਰ ਉੱਥੇ ਦੁਕਾਨਦਾਰ ਵੱਲੋਂ ਉਹਨਾਂ ਦੀ ਵੀਡੀਓ ਬਣਾਈ ਜਾਂਦੀ ਆ ਚੋਰੀ ਛੱਪੀ ਵੀਡੀਓ ਬਣਦੀ ਹੈਗੀ ਆ ਜਦ ਮਹਿਲਾ ਇਨਸਪੈਕਟਰ ਨੂੰ ਸ਼ੱਕ ਹੁੰਦਾ ਤਾਂ ਉਹ ਸ਼ੱਕ ਉਹਨਾਂ ਦਾ ਸੱਚਾ ਨਿਕਲਦਾ ਹੈਗਾ ਲਿਕਨ ਉਸ ਦੁਕਾਨਦਾਰ ਚ ਕੰਮ ਕਰਦੇ ਲੜਕੇ ਦੀ ਜਾਂ ਉਸ ਕਾਰੀਗਰ ਦੀ ਹਿੰਮਤ ਇਹ ਦੇਖੋ ਕਿ ਉਹ ਸ਼ਰੇਆਮ ਮੈਲਾ ਇੰਸਪੈਕਟਰ ਨੂੰ ਕਹਿ ਦਿੰਦਾ ਹੈ ਕਿ ਜੇ ਤੁਸੀਂ 20000 ਰੁਪਇਆ ਨਾ ਦਿੱਤਾਗਾ ਤੇ ਤੁਹਾਡੀ ਮੈਂ ਵੀਡੀਓ ਵਾਇਰਲ ਕਰ ਦਵਾਂਗਾ ਹੁਣ ਇੱਕ ਮੈਲਾ ਇੰਸਪੈਕਟਰ ਨੂੰ ਇੱਕ ਆਮ ਬੰਦੇ ਵੱਲੋਂ ਦੁਕਾਨਦਾਰ ਵੱਲੋਂ ਇੰਨੀ ਧਮਕੀ ਦਿੱਤੀ ਹੋਵੇ ਉਹਦੀ ਵੀਡੀਓ ਬਣਾ ਲਈ ਹੋਵੇ ਤੇ ਫਿਰ ਅਸੀਂ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ ਕਿ ਸਾਡੀਆਂ ਬਾਕੀ ਮਾਮਾ ਭੇਮਾ ਭੈਣਾ ਤੇ ਧੀਆਂ ਕਿੰਨੀਆਂ ਸੁਰੱਖਿਤ ਹੋਣਗੀਆਂ ਜਦੋਂ ਬਾਹਰ ਜਾਂਦੀਆਂ ਨੇ ਜਾਂ ਦੁਕਾਨਾਂ ਤੇ ਜਾਂਦੀਆਂ ਨੇ ਜਾਂ ਸ਼ੋਰੂਮਾਂ ਦੇ ਵਿੱਚ ਜਾਂਦੀਆਂ ਨੇ ਜਾਂ ਜਦੋਂ ਸੂਟ ਖਰੀਦਦੀਆਂ ਨੇ ਜਾ ਕੇ ਫਿਰ ਟ੍ਰਾਈ ਰੂਮ ਚ ਪਾ ਕੇ ਦੇਖਦੀਆਂ ਤੇ ਕਿੰਨੀਆਂ ਅਨਸੁਰੱਖਿਤ ਹਨ ਤਾਜੀ ਜਿਹੜੀ ਘਟਨਾ ਵਾ ਇਹ ਰਾਜਪੁਰੇ ਦੀ ਦੱਸੀ ਜਾ ਰਹੀ ਆ ਔਰ ਉਹਦੇ ਚ ਇੱਕ ਮਹਿਲਾ ਇੰਸਪੈਕਟਰ ਜਿਹੜੀ ਉਹ ਦਰਜੀ ਦੀ ਦੁਕਾਨ ਤੇ ਜਾਂਦੀ ਆ ਸਿਲਾਈ ਵਾਸਤੇ ਸੂਟ ਦੇ ਕੇ ਆਂਦੀ ਹੈਗਾ ਉਸ ਤੋਂ ਬਾਅਦ ਉਹ ਸੂਟ ਅਕਸਰ ਹੀ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਦੁਕਾਨ ਤੇ ਹੀ ਸੂਟ ਪਾ ਕੇ ਦੇਖ ਲੈਂਦੇ ਨੇ ਕਿ ਸੂਟ ਦੀ ਜਿਹੜੀ ਫਿਟਿੰਗ ਆ ਉਹ ਸਹੀ ਆ ਕਿ ਨਹੀਂ ਜਿਸ ਤਰ੍ਹਾਂ ਉਹਨਾਂ ਨੇ ਇਸ ਨੂੰ ਜਿਹੜਾ ਸੂਟ ਦਾ ਮਾਪ ਦਿੱਤਾ ਦਾ ਦਿੱਤਾ ਦਾ ਕਿ ਉਸ ਮੁਤਾਬਕ ਸੂਟ ਬਣਿਆ ਹੈਗਾ ਤੇ ਪੰਜਾਬ ਪੁਲਿਸ ਦੀ ਜਦੋਂ ਮਹਿਲਾ ਇੰਸਪੈਕਟਰ ਦੱਸਿਆ ਜਾ ਰਿਹਾ ਕਿ ਟ੍ਰਾਈ ਰੂਮ ਦੇ ਵਿੱਚ ਗਈ ਤੇ ਉਹਨਾਂ ਨੂੰ ਸ਼ੱਕ ਹੋਇਆ ਕਿ ਕੋਈ ਜਿਹੜਾ ਉਹ ਟ੍ਰਾਇਲ ਰੂਮ ਦਾ ਜਿਹੜਾ ਖਿੜਕੀ ਆ ਉੱਥੋਂ ਕੋਈ ਵੀਡੀਓ ਬਣਾ ਰਿਹਾ ਤੇ ਇਸ ਕਰਕੇ ਉਹਨਾਂ ਨੇ ਬਾਅਦ ਚ ਜਦੋਂ ਦੇਖਿਆ ਉਹ ਬਾਹਰ ਨਿਕਲ ਕੇ ਉਹਨਾਂ ਨੇ ਵੇਖਿਆ ਕਿ ਉਹਨਾਂ ਦਾ ਜਿਹੜਾ ਸ਼ੱਕ ਸਹੀ ਸੀ ਔਰ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਰਾਜਪੁਰਾ ਦੇ ਪੁਲਿਸ ਨੇ ਜਿਹੜੇ ਕਥਿਤ ਦੋਸ਼ੀ ਆ ਦੁਕਾਨ ਦਾ ਮਾਲਕ ਜਤਨ ਮਿੱਡਾ ਨਿਵਾਸੀ ਗੁਲਾਬਨਗਰ ਰਾਜਪੁਰਾ ਅਤੇ ਉਹਨਾਂ ਦੇ ਜਿਹੜੇ ਨੌਕਰ ਆਪਾਰਸ ਨਵਾਸੀ ਰਾਜਪੁਰਾ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਜਿਹੜੇ ਰੋਪਨੇ ਦਖਾਨਦਾਰ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇੰਸਪੈਕਟਰ ਨੇ ਲਗਾਏ ਨੇ ਕਿ ਟ੍ਰਾਇਲ ਰੂਮ ਜੋ ਜੋ ਸੂਟ ਚੈੱਕ ਕਰਨ ਵਾਸਤੇ ਅੰਦਰ ਗਏ ਟ੍ਰਾਇਲ ਰੂਮ ਦੇ ਵਿੱਚ ਤੇ ਉਹਨਾਂ ਨੂੰ ਲੱਗਾ ਕਿ ਵੀਡੀਓ ਬਣੀ ਆ ਜਦੋਂ ਉਹਨਾਂ ਨੇ ਫਿਰ ਦੁਕਾਨਦਾਰ ਜਿਹੜਾ ਉਹਨੇ ਧਮਕੀ ਦਿੱਤੀ ਲੜਕੇ ਨੇ ਔਰ ਵੀ ਕਿਹਾ ਕਿ ਵੀ ਆ ਰੁਪਿਆ ਦੋ ਨਹੀਂ ਤੇ ਤੁਹਾਡੀ ਵੀਡੀਓ ਅਸੀਂ ਵਾਇਰਲ ਕਰ ਦਾਂਗੇ ਇਸ ਮਸਲੇ 'ਚ ਦਾਣਿਕ ਪਾਸਕਰ ਦੀ ਅਖਬਾਰ ਕਹਿੰਦੀ ਹੈ ਕਿ ਜਿਹੜੇ ਜਾਂਚ ਅਧਿਕਾਰੀ ਹੈ ਐਸਆਈ ਨਛੱਤਰ ਸਿੰਘ ਨੇ ਦੱਸਿਆ ਕਿ ਜਿਹੜੇ ਪੀੜਤ ਜਿਹੜੇ ਆਫੀਸਰ ਆ ਉਹਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰਕੇ ਦੋਨਾਂ ਜਿਹੜੇ ਕਥਿਤ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਵੀ ਕਰਤਾ ਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਪੁਸ਼ਕਿਸ਼ ਜਾਰੀ ਆ ਹੁਣ ਜਿਹੜਾ ਸ਼ਿਕਾਇਤ 'ਚ ਕੀ ਕੁਝ ਲਿਖਿਆਗਾ ਅਸ਼ਕਾਇਤ ਕਰਤਾ ਜਿਹੜੇ ਇੰਸਪੈਕਟਰ ਆ ਉਹ 32 ਸਾਲ ਦੇ ਨੇ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਤੌਰ ਪੰਜਾਬ ਪੁਲਿਸ ਦੇ ਵਿਕਸ ਇੰਸਪੈਕਟਰ ਤਨਤ ਆ ਪਰ ਬੱਚਿਆਂ ਦੀ ਪਰਵਰਿਸ਼ ਸੰਬੰਧੀ ਉਹ ਛੁੱਟੀ ਤੇ ਚੱਲ ਰਹੀ ਆ 6 ਜਨਵਰੀ ਦੀ ਰਾਤ ਸਾਢੇ 8 ਵਜੇ ਦੇ ਕਰੀਬ ਉਹ ਆਪਣੇ ਘਰ ਵਾਲੇ ਦੇ ਨਾਲ ਕੱਪੜੇ ਲੈਣ ਵਾਸਤੇ ਇੱਕ ਟੇਲਰ ਦੀ ਦੁਕਾਨ ਤੇ ਜਾਂਦੀ ਆ ਜਿਹੜੀ ਟੇਲਰ ਦੀ ਦੁਕਾਨ ਆ ਉਹ ਦੁਕਾਨ ਸਬਾ ਰੋਡ ਤੇ ਆ ਤੇ ਜਿਹੜਾ ਕਿਸੇ ਟੇਲਰ ਦੀ ਜਿਹੜੇ ਦੁਕਾਨ ਤੇ ਜਦੋਂ ਗਈ ਹੈਗੀ ਤੇ ਜਿਹੜੇ ਉਹਦੇ ਉਸ ਸਮੇਂ ਜਿਹੜੇ ਉਹਦੇ ਪਤੀ ਉਹ ਕਾਰ 'ਚ ਵੀ ਬੈਠੇ ਸਨ ਤੇ ਜਦੋਂ ਅੰਦਰ ਸਲਾਈ ਵਾਸਤੇ ਸੂਟ ਦੇਣ ਗਈ ਹੋਈ ਸੀ ਦੋਸ਼ੀ ਜਿਹੜਾ ਦੁਕਾਨਦਾਰ ਦੇ ਮਾਲਕ ਨੇ ਕਿਹਾ ਕਿ ਸੂਟ ਤਿਆਰ ਹੈ ਤੁਸੀਂ ਪਾਣ ਕੇ ਚੈੱਕ ਕਰਕੇ ਦੇਖ ਲਓ ਔਰ ਉਹ ਫਿਰ ਚੈੱਕ ਕਰਨ ਵਾਸਤੇ ਟ੍ਰਾਇਲ ਰੂਮ ਦੇ ਅੰਦਰ ਗਈ ਤੇ ਜਦੋਂ ਟ్రਾਇਲ ਰੂਮ ਦੇ ਵਿੱਚ ਕਰੀਸ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਬਾਹਰ ਕੋਈ ਦਰਵਾਜ਼ੇ ਥਾਣੇ ਕੋਈ ਸਰਾਕ ਉਹਦੇ ਚੋਂ ਕੋਈ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਬਾਹਰ ਨਿਕਲੀ ਤਾਂ ਉਹਨਾਂ ਨੇ ਦੁਕਾਨਦਾਰ ਦੇ ਮਾਲਕ ਨੂੰ ਦੱਸਿਆ ਗਿਆ ਮਾਲਕ ਨੇ ਕਿਹਾ ਕਿ ਐਸਾ ਕੁਝ ਨਹੀਂ ਆ ਇਸ ਤੋਂ ਬਾਅਦ ਫਿਰ ਉਹ ਅੰਦਰ ਸੂਟ ਬਦਲ ਕੇ ਟ్రਾਈ ਕਰਨ ਲੱਗੀ ਤਾਂ ਟ్రਾਈ ਰੂਮ ਦੇ ਵਿੱਚ ਉਹ ਫਿਰ ਗਈ ਤਾਂ ਉਹਨਾਂ ਨੂੰ ਫਿਰ ਸ਼ੱਕ ਹੋਇਆ ਕਿ ਕੋਈ ਨਾ ਕੋਈ ਉਹਦੀ ਵੀਡੀਓ ਬਣਾ ਰਿਹਾ ਉਹਨਾਂ ਨੇ ਇੱਕਦਮ ਗੇਟ ਖੋਲ੍ਹਿਆ ਤਾਂ ਜਿਹੜਾ ਕਥੀ ਉਹਦਾ ਦੁਕਾਨਦਾਰ ਦਾ ਕਰਿੰਦਾ ਸੀ ਜਤਨ ਉਹ ਵੀਡੀਓ ਬਣਾ ਰਿਹਾ ਸੀ ਔਰ ਵਿਰੋਧ ਕਰਦੇ ਲੱਗਾ ਕਿ ਅਗਰ ਉਹਦੀ ਵੀਡੀਓ ਬਣ ਗਈ ਆ ਹੁਣ ਜੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਊਗਾ ਅਗਰ ਨਾ ਵੀ 1000 ਰੁਪਏ ਦਿੱਤੇ ਔਰ ਇਸ ਤਰ੍ਹਾਂ ਦੁਕਾਨ ਤੇ ਕੰਮ ਕਰਨ ਵਾਲਾ ਲੜਕਾ ਵੀ ਉਹਦੇ ਉੱਥੇ ਖੜਾ ਸੀ ਉਲਟਾ ਜਿਹੜਾ ਦੁਕਾਨਦਾਰ ਦਾ ਮਾਲਕ ਆ ਉਹ ਵੀ ਉਹਦਾ ਸਾਥ ਦੇ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਬਲੈਕਮੇਲ ਕਰ ਲਗੇ ਹੁਣ ਇੰਸਪੈਕਟਰ ਇਹ ਵੀ ਦੱਸ ਦਿਆ ਕਿ ਹਜੇ ਘਰ ਪਹੁੰਚੇ ਹੀ ਤੇ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਚੁੱਕੇ ਕੁਝ ਅਣਜਾਣ ਵਿਕਤੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਜੋ ਕਹਿ ਰਹੇ ਸਨ ਕਿ ਸਾਡੇ ਕੋਲ ਤੁਹਾਡੀ ਵੀਡੀਓ ਬਣਾਈ ਆ ਬਣੀ ਹੋਈ ਆ ਸਾਡੇ ਤੁਸੀਂ ਉਹਦੇ ਬਦਲੇ ਸਾਨੂੰ ਪੈਸੇ ਦੋ ਨਹੀਂ ਤੇ ਅਸੀਂ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਵਾ ਦੇਵਾਂਗੇ ਇਸ ਗੱਲ ਨੂੰ ਲੈ ਕੇ ਮੇਰਾ ਪਰਿਵਾਰ ਬੜਾ ਕਾਫੀ ਪਰੇਸ਼ਾਨ ਹੋ ਗਿਆ ਲਾਜ਼ਮੀ ਤੌਰ ਤੇ ਅਗਰ ਇੱਕ ਮੈਲ ਇਨਸਪੈਕਟਰ ਦੇ ਨਾਲ ਇਦਾਂ ਦੀ ਘਟਨਾ ਵਾਪਰ ਜਾਂਦੀ ਹੈ ਤੇ ਲਾਜ਼ਮੀ ਤੌਰ ਤੇ ਪਰਿਵਾਰ ਵੀ ਪਰੇਸ਼ਾਨ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਔਰ ਪੁਲਿਸ ਨੇ ਦੁਕਾਨ ਮਾਲਕ ਜਤਨ ਔਰ ਉਹਦੇ ਜਿਹੜੇ ਨੌਕਰ ਹੈ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਇੱਕ ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਟਨਾ ਜਿਹੜੀ ਹੈਗੀ ਆ ਇਹ ਬਹੁਤ ਹੀ ਮੰਦਭਾਗੀ ਕਟਨਾ ਕਿ ਇੱਕ ਮਹਿਲਾ ਇੰਸਪੈਕਟਰ ਦੇ ਨਾਲ ਅਗਰ ਇਹ ਜੀ ਮਾੜੀ ਹਰਕਤ ਹੋ ਸਕਦੀ ਆ ਤੇ ਫਿਰ ਬਾਕੀ ਜਿਹੜੀਆਂ ਔਰਤਾਂ ਨੇ ਉਹ ਕਿਵੇਂ ਆਪਣੇ ਆਪ ਨੂੰ ਆਪ ਸੁਰੱਖਿਤ ਮਹਿਸੂਸ ਕਰਨ ਗਿਆ ਅਕਸਰ ਪਹਿਲੀ ਦਫਾ ਨਹੀਂ ਇਦਾਂ ਦੇ ਬਹੁਤ ਸਾਰੀਆਂ ਕਟ੍ਰਾਮਾ ਪਹਿਲਾਂ ਵੀ ਵਾਪਰੀਆਂ ਕਿ ਜਦੋਂ ਲੜਕੀਆਂ ਜਾਂ ਔਰਤਾਂ ਟ੍ਰਾਇਲ ਰੂਮ ਚ ਜਾਂ ਟ੍ਰਾਈ ਰੂਮ ਦੇ ਵਿੱਚ ਸੂਟ ਪਾ ਕੇ ਜਾਂ ਹੋਰ ਜੀਨ ਟੌਪ ਪਾ ਕੇ ਚੈੱਕ ਕਰਦੀਆਂ ਤੇ ਇਦਾਂ ਦੀਆਂ ਕੋਈ ਨਾ ਕੋਈ ਵੀਡੀਓ ਬਾਅਦ ਚ ਵਾਇਰਲ ਹੋ ਜਾਂਦੀਆਂ ਇਹ ਤੇ ਇੰਸਪੈਕਟਰ ਸੀ ਉਹ ਥੋੜਾ ਅਲਰਟ ਵੀ ਰਹਿੰਦਾ ਹੈ ਖਾਸ ਕਰਕੇ ਜਿਹੜੇ ਡਿਊਟੀ ਪੇਸ਼ੇ ਤੇ ਲੋਕ ਹੋਣ ਔਰ ਉਹਨਾਂ ਨੂੰ ਲੱਗਾਗਾ ਪਹਿਲੀ ਵਾਰ ਲੱਗਾ ਤੇ ਦੁਕਾਨਦਾਰ ਨੇ ਮਨਾ ਕਰ ਦਿੱਤਾ ਜਦੋਂ ਦੂਜੀ ਵਾਰ ਉਹਨਾਂ ਨੇ ਥੋੜਾ ਹੋਰ ਚੁਸਤ ਰਹਿ ਕੇ ਚਲਾਕੀ ਵਰਤੀ ਤੇ ਇੱਕਦਮ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਦਰਵਾਜ਼ਾ ਖੁੱਲਿਆ ਤੇ ਉਹਨਾਂ ਦਾ ਜਿਹੜਾ ਨੌਂਕਰ ਸੀ ਉਹ ਵੀਡੀਓ ਬਣਾ ਰਿਹਾ ਸੀ ਤੇ ਕੁੱਲ ਮਿਲਾ ਕੇ ਹੁਣ ਇਹ ਪਰਚਾ ਵੀ ਦਰਜ ਹੋ ਚੁੱਕਾ ਔਰ ਇਸ ਮਸਲੇ ਦੇ ਵਿੱਚ ਜਾਂਚ ਵੀ ਹੋ ਚੁੱਕੀ ਆ ਫਿਰ ਬਹੁਤ ਹੀ ਕਹਿ ਸਕਦੇ ਕਿ ਮਾੜੀ ਘਟਨਾ ਕਿ ਇੱਕ ਮਹਿਲਾ ਇਨਸਪੈਕਟਰ ਦੇਹੀ ਵੀਡੀਓ ਬਣੀ ਗਈ ਆ ਇਹ ਇੱਕ ਟਿਲ ਦਰਜੀ ਦੀ ਦੁਕਾਨ ਤੇ ਇਸ ਕਰਕੇ ਉਹ ਦੋਨੇ ਕਸੂਰوار ਫੜੇ ਗਏ ਨੇ ਤੇ ਉਹ ਤੇ ਇਨਸਪੈਕਟਰ ਥੋੜੀ ਤੇਜ਼ ਤਰਾਰ ਸੀ ਅਲਰਟ ਸੀ ਨਹੀਂ ਤੇ ਕੋਈ ਆਮ ਸਧਾਰਨ ਲੜਕੀ ਜਾਂ ਆਮ ਸਧਾਰਨ ਔਰਤ ਨੂੰ ਦਿੱਤ ਲਾਜ਼ਮੀ ਤੌਰ ਦੀ ਉਹ ਜਿਹੜੀ ਵੀਡੀਓ ਹੁਣ ਤੱਕ ਵਾਇਰਲ ਹੋ ਜਾਣੀ ਸੀ ਤੇ ਬਾਅਦ ਚ ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਹੱਥਾਂ ਦੇ ਤੱਕ ਚਲੇ ਜਾਣੀ ਔਰ ਅਸੀਂ ਤੇ ਹਿੰਦੁਸਤਾਨੀ ਐਡੇ ਸਿਆਣੇ ਨਹੀਂ ਆਗੇ ਕਿ ਅਗਰ ਕਿਸੇ ਧੀ ਭੈਣ ਦੀ ਕੋਈ ਵੀਡੀਓ ਵਾਇਰਲ ਹੋ ਜੇ ਅਸੀਂ ਉਹਨਾਂ ਨੂੰ ਚਸਕੀਆਂ ਦੇ ਨਾਲ ਦੇਖਦੇ ਆਏ ਨਹੀਂ ਕਿ ਡਿਲੀਟ ਕੀਤੀ ਜਾਵੇ ਔਰ ਬਾਕੀਆਂ ਨੂੰ ਵੀ ਡਿਲੀਟ ਕਰਨ ਵਾਸਤੇ ਆਖਿਆ ਜਾਵੇ ਕਿਉਂਕਿ ਅਸੀਂ ਹਜੇ ਬਹੁਤ ਹੀ ਛੋਟੀ ਸੋਚ ਦੇ ਭਾਰਤੀ ਸਮਾਜ ਆ ਪਰ ਆ ਇਨਸਪੈਕਟਰ ਵੀ ਅਲਰਟ ਸੀ ਜਿਸ ਕਰਕੇ ਉਹ ਬਚ ਕੇ ਨਹੀਂ ਤੇ ਜੇ ਵੀਡੀਓ ਵਾਇਰਲ ਹੋ ਜਾਂਦੀ ਤੇ ਜ਼ਿੰਦਗੀ ਬਹੁਤ ਹੀ ਔਖੀ ਹੋ ਜਾਂਦੀ ਕਿਉਂਕਿ ਬੰਦਾ ਬੜਾ ਸ਼ਰਮਸ਼ਾਰ ਹੁੰਦਾ ਪਤਾ ਨਹੀਂ ਕਿਹੜੇ-ਕਿਹੜੇ ਹੱਥਾਂ ਦੇ ਵਿੱਚ ਅਜਿਹੀਆਂ ਵੀਡੀਓ ਚੱਲੇ ਜਾਂਦੀਆਂ ਆ ਔਰ ਇਹ ਹੁਣ ਰਾਜਪੁਰਾ ਪੁਲਿਸ ਨੇ ਮਕਦਮਾ ਦਰਜ ਕਰਕੇ ਜਿਹੜੇ ਕਥਿਤ ਦੋਸ਼ੀ ਉਫੜ ਵੀ ਲੈਣੇ ਰਿਮਾਂਡ ਵੀ ਹਾਸਲ ਕਰ ਉਹ ਲਾਜ਼ਮੀ ਤੌਰ ਤੇ ਉਹਨਾਂ ਦੇ ਜਿਹੜੇ ਮੋਬਾਈਲ ਉਹ ਵੀ ਜਬਤ ਕਰਲੇ ਹੋਣਗੇ ਫਿਲਹਾਲ ਇਸ ਖਬਰ ਦੇ ਵਿੱਚ ਇੰਨੀ ਹੀ ਜਾਣਕਾਰੀ ਔਰ ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ